ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼। ਜਲੰਧਰ ਫਗਵਾੜਾ ਮੁੱਖ ਜੀਟੀ ਰੋਡ ਤੇ ਤਕੂਹਾ ਫਾਟਕ ਨੇੜਿਓਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਦਵਿੰਦਰ ਸਿੰਘ ਵਾਸੀ ਸ਼ੰਕਰ ਵਜੋਂ ਹੋਈ ਹੈ। ਇਸ ਸੰਬੰਧੀ ASI ਸਤਨਾਮ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਤਕੂਹਾ ਫਾਟਕ ਨੇੜੇ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਬਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਥਾਣਾ MXC ਨੇ ਫੋਨ ਤੇ ਦੱਸਿਆ ਕਿ ਫਗਵਾੜਾ ਰੋਡ ਜੋ ਕਿ ਜਲੰਧਰ ਨੂੰ ਜਾਂਦਾ ਹੈ, ਉੱਥੇ ਇੱਕ ਡੈੱਡ ਬੋਡੀ ਪਈ ਹੈ। ਮੌਕੇ ਜਾ ਕੇ ਦੇਖਿਆ ਅਤੇ ਐਕਸੀਡੈਂਟ ਹੋਇਆ, ਜਿਸ ਦਾ ਨਾਮ ਦਵਿੰਦਰ ਸਿੰਘ, ਸਨ ਆਫ ਕਰਤਾਰ ਸਿੰਘ, ਇਹ ਸ਼ੰਕਰ ਪਿੰਡ ਦਾ ਰਹਿਣ ਵਾਲਾ ਹੈਗਾ। ਨਕੋਦਰ ਲੱਗੇ ਕਿਸੇ ਕੋਲ ਡਰਾਈਵਰੀ ਕਰਦਾ ਹੈ ਕਿਸੇ ਦੇ ਨਾਲ, ਪਛਾਤਾ ਹੀ ਬਹਾਨੇ ਨੂੰ ਮਾਰ ਕੇ ਚਲ ਗਿਆ। ਇਹ ਹੈ ਵੀ ਆਪਾਂ ਹੁਣ ਇਹਦੀ ਜਿਹੜੀ ਡੈੱਡ ਬੋਡੀ ਸੀ ਮੋਰਚਰੀ 'ਚ ਰੱਖ ਦਿੱਤੀ ਹੈ ਸਿਵਲ ਹੋਸਪਿਟਲ, ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਹਿਸਾਬ ਨਾਲ ਕੀਤੀ ਜਾਏਗੀ।